ਹੈਲੋ ਵੀਰੋ, ਸਤਿ ਸ਼੍ਰੀ ਅਕਾਲ। ਮੈਂ ਤੁਹਾਡਾ ਆਪਣਾ ਹਰਪਾਲ ਸਿੰਘ ਢਿੱਲੋਂ ਅਤੇ ਤੁਹਾਡਾ ਇਹ ਆਪਣਾ ਚੈਨਲ ਹੈ 2-0। ਇਹਨੂੰ ਵੱਧ ਤੋਂ ਵੱਧ ਸਪੋਰਟ ਕਰਨਾ ਅਤੇ ਇਹਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਨਾ ਅਤੇ ਸਾਡੀ ਮੇਰੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ। ਮੈਂ ਮੰਜ਼ਿਲ 'ਚ ਕੱਖ ਨਹੀਂ ਬਣ ਸਕਦਾ, ਤੁਹਾਡੇ ਵਰਗੇ ਵੀਰਾਂ ਦੀ ਸਪੋਰਟ ਹੀ ਮੈਨੂੰ ਲੀਵਲ 'ਚ ਬਹੁਤ ਉੱਤੇ ਤੱਕ ਲੈ ਕੇ ਜਾ ਸਕਦੀ ਹੈ। ਮੈਨੂੰ ਵੈਸੇ ਸ਼ਾਇਰਿੰਗ ਦਾ ਸਿੰਗਿੰਗ ਦਾ ਦੋਵੇਂ ਸ਼ੌਂਕ ਹੈ ਅਤੇ ਮੈਂ ਤੁਹਾਨੂੰ ਆਪਣੇ ਨਾਲ ਕੁਝ ਸ਼ਾਇਰੀਆਂ ਸ਼ੇਅਰ ਕਰਨ ਜਾ ਰਿਹਾ ਅਤੇ ਉਸ ਤੋਂ ਬਾਅਦ ਮੈਂ ਇੱਕ ਸੌਂਗ ਵੀ ਤੁਹਾਨੂੰ ਸੁਣਾਵਾਂਗਾ। ਸੌਂਗ ਦੀਆਂ ਵੀ ਦੋ ਕਲਾਈਨਾਂ ਤੁਹਾਡੇ ਨਾਲ ਸਾਂਝੀਆਂ ਕਰਾਂਗਾ ਅਤੇ ਸ਼ਾਇਰੀ ਇਸ ਤਰੀਕੇ ਨਾਲ ਹੈ। ਮੰਜ਼ਿਲ ਕਿੰਨੀ ਵੀ ਮੁਸ਼ਕਲ ਕਿਉਂ ਨਾ ਹੋਵੇ ਉਹਨੂੰ ਪਾਲਾਂਗੇ ਅਸੀਂ। ਮੰਜ਼ਿਲ ਕਿੰਨੀ ਵੀ ਮੁਸ਼ਕਲ ਕਿਉਂ ਨਾ ਹੋਵੇ ਉਹਨੂੰ ਪਾਲਾਂਗੇ ਅਸੀਂ। ਸਮੇਂ ਕਿੰਨਾ ਵੀ ਤੇਜ਼ ਕਿਉਂ ਨਾ ਹੋਵੇ ਗੁਲਾਮ ਉਹਨੂੰ ਬਣਾ ਲਾਂਗੇ ਅਸੀਂ। ਔਰ ਜਿਹੜੇ ਅੱਜ ਕਰਦੇ ਨੇ ਸ਼ਰੀਕਾਂ ਸਾਡੇ ਤੋਂ ਕਸਮ ਨਾਲ ਫੈਨ, ਉਹਨਾਂ ਨੂੰ ਵੀ ਬਣਾ ਲਾਂਗੇ ਅਸੀਂ। ਔਰ ਉਸ ਤੋਂ ਬਾਅਦ ਮੈਂ ਤੁਹਾਡੇ ਨਾਲ ਇੱਕ ਸ਼ਾਇਰੀ ਹੋਰ ਸ਼ੇਅਰ ਕਰਨ ਜਾ ਰਿਹਾ। ਇੱਕ ਕੁੜੀ ਮੈਨੂੰ ਕਹਿੰਦੀ ਹੈ, ਕਹਿੰਦੀ ਮੇਰੇ ਤੋਂ ਹੁਸਨ ਹੈ, ਮੇਰੇ ਤੋਂ ਪੈਸਾ ਹੈ, ਮੇਰੇ ਤੋਂ ਮਹਿੰਗੀ ਕਾਰ ਹੈ, ਮੈਂ ਜਾ ਪਗੜੀਏ ਜਾ ਕੇ ਕੰਮ ਕਰ। ਇੱਕ ਤਾਂ ਬੰਦਾ ਸਰਦਾਰ ਹੈ, ਦੂਜਾ ਹੀਰਿਆਂ ਤੋਂ ਮਹਿੰਗੇ ਤੋਂ ਯਾਰ ਹੈ। ਔਰ ਉਸ ਤੋਂ ਬਾਅਦ ਮੈਂ ਤੁਹਾਨੂੰ ਇੱਕ ਗਾਣਾ ਸੁਣਾਉਣਾ, ਜਿੱਦਾਂ ਆਪਣੇ ਖਾਸ ਕਰ ਜ਼ਿਆਦਾਤਰ ਵੀਰ ਤੁਸੀਂ ਵੇਖਿਆ ਹੋਊਗਾ ਜਿਹੜੇ ਵੱਡੇ ਵੱਡੇ ਸ਼ਹਿਰਾਂ 'ਚ ਆਉਂਦੇ ਆ, ਦਿਲ 'ਚ ਦੁੱਖ ਦਬਾ ਕੇ ਰੱਖਦੇ ਆ, ਉਹਨਾਂ ਦੀ ਮਜਬੂਰੀ ਹੁੰਦੀ ਹੈ। ਇਸ ਮਜਬੂਰੀ ਉੱਤੇ ਮੈਂ ਇੱਕ ਗਾਣਾ ਲਿਖਿਆ ਹੈ, ਇਹ ਗਾਣਾ ਮੈਂ ਤੁਹਾਡੇ ਨਾਲ ਸਾਂਝਾ ਕਰਨ ਜਾ ਰਿਹਾ। ਜੇ ਤੁਹਾਨੂੰ ਸਾਰਿਆਂ ਨੂੰ ਵਧੀਆ ਲੱਗੇ ਤਾਂ ਵੀਰ ਵੱਧ ਤੋਂ ਵੱਧ ਸਪੋਰਟ ਕਰਨਾ ਸਾਡੇ ਚੈਨਲ ਨੂੰ ਅਤੇ ਵੱਧ ਤੋਂ ਵੱਧ ਸ਼ੇਅਰ ਕਰਨਾ ਜੀ। ਮੈਂ ਗਾਣਾ ਗਾਉਣ ਜਾ ਰਿਹਾ, ਤੁਸੀਂ ਸੁਣੋ। ਕਾਲਜ ਲਾਈਫ ਦਾ ਇਹ ਹੋ ਗਿਆ ਐਂਡ, ਮੌਜਾਂ ਜ਼ਿੰਦਗੀ 'ਚੋਂ ਉੱਡ ਗਈਆਂ ਸਾਰੀਆਂ, ਸਮੇਂ ਦੇ ਨਾਲ ਸਭ ਚੇਂਜ ਹੋ ਗਿਆ, ਵੱਧ ਗਈਆਂ ਜ਼ਿੰਮੇਦਾਰੀਆਂ। ਉਹ ਦਿਲ ਕਰਦਾ ਨਹੀਂ ਸੀ ਉਹ ਇੱਥੇ ਆਉਣ ਨੂੰ, ਬੇਬੇ ਬਾਪੂ ਤੋਂ ਬਣਾ ਕੇ ਦੂਰੀਆਂ। ਉਹ ਦਿਲ ਕੀਦਾ ਕਰੇ ਮਾਪਿਆਂ ਤੋਂ ਦੂਰ ਅਸੀਂ ਰਹੀਏ, ਪਰ ਪੈ ਗਈਆਂ ਨੇ ਮਜ਼ਬੂਰੀਆਂ। ਉਹ ਦਿਲ ਕੀਦਾ ਕਰੇ ਮਾਪਿਆਂ ਤੋਂ ਦੂਰ ਅਸੀਂ ਰਹੀਏ, ਪਰ ਪੈ ਗਈਆਂ ਨੇ ਮਜ਼ਬੂਰੀਆਂ। ਪੁੱਤ ਜਾਊ ਵੱਡੇ ਸ਼ਹਿਰ, ਕੁਝ ਬਣ ਜੂਗਾ ਖਾਸ, ਬੇਬੇ ਬਾਪੂ ਦਾ ਸੀ ਇਹੋ ਯਾਰੋ ਸੁਪਨਾ। ਇਹ ਸ਼ਹਿਰ ਆ ਪਰਾਇਆ, ਇੱਥੇ ਲੋਕ ਨੇ ਪਰਾਏ, ਇੱਥੇ ਪੀੜ ਵਿੱਚੋਂ ਲੱਭੀਦਾ ਏ ਆਪਣਾ। ਪੈਸਿਆਂ ਦੇ ਚੱਕਰਾਂ 'ਚ ਰੁਲ ਗਈ ਜਵਾਨੀ, ਰੋਟੀਆਂ ਦੇ ਚੱਕਰਾਂ 'ਚ ਰੁਲ ਗਈ ਜਵਾਨੀ, ਸਾਰੀ ਖੁਆਇਸ਼ਾਂ ਹੀ ਰਹਿ ਗਈਆਂ ਅਧੂਰੀਆਂ। ਉਹ ਦਿਲ ਕੀਦਾ ਕਰੇ ਮਾਪਿਆਂ ਤੋਂ ਦੂਰ ਅਸੀਂ ਰਹੀਏ, ਪਰ ਪੈ ਗਈਆਂ ਨੇ ਮਜ਼ਬੂਰੀਆਂ। ਉਹ ਦਿਲ ਕੀਦਾ ਕਰੇ ਰਹੀਏ ਪਰਿਵਾਰ ਤੋਂ ਅਧੂਰ, ਪਰ ਪੈ ਗਈਆਂ ਨੇ ਮਜ਼ਬੂਰੀਆਂ। ਧੰਨਵਾਦ ਵੀਰੋ, ਵੱਧ ਤੋਂ ਵੱਧ ਸਬਸਕ੍ਰਾਈਬ ਕਰੋ। ਜਿਹੜੇ ਮੇਰੇ ਆਪਣੇ ਹਿੰਦੀ ਵੀਰ ਵੀ ਹਨ, ਸਭ ਤੋਂ ਜ਼ਿਆਦਾ ਮੇਰੇ ਚੈਨਲ ਕੋ ਸਬਸਕ੍ਰਾਈਬ ਕਰੇ ਔਰ ਹਮਾਰੇ ਚੈਨਲ ਕੋ ਇਸੀ ਤਰੀਕੇ ਸੇ ਸਪੋਰਟ ਕਰਤੇ ਰਹੇ। ਬੈਸਟ ਆਫ ਲੱਕ ਔਰ ਆਪਕੋ ਗੁੱਡ ਬਾਏ। ਜੋ ਜੈਸਾ ਵਾਦਾ ਕੀਆ ਥਾ ਆਪ ਲੋਗੋ ਕੇ ਲੀਏ, ਟੌਪ ਕਲਾਸ ਕਾ ਸਿੰਗਰ ਲੈ ਕੇ ਆਊਂਗਾ। ਭਾਈ ਹੈ ਆਪਣਾ, ਜ਼ਿਆਦਾ ਸੇ ਜ਼ਿਆਦਾ ਸਪੋਰਟ ਚਾਹੀਏ, ਜ਼ਿਆਦਾ ਸੇ ਜ਼ਿਆਦਾ ਸ਼ੇਅਰ ਚਾਹੀਏ। ਇਸ ਵੀਡੀਓ ਕਾ ਟਾਰਗੇਟ ਹਮਨੇ ਰੱਖਾ ਹੈ 100 ਲਾਈਕ। ਅਗਰ ਹਮ ਇਸ ਵੀਡੀਓ ਪੇ 100 ਲਾਈਕ ਅਚੀਵ ਕਰ ਲੇਤੇ ਹੈਂ, ਅਗਲੀ ਵੀਡੀਓ DSLR ਕੇ ਸਾਥ ਮੇਂ ਪਰਫੈਕਟ ਤਰੀਕੇ ਸੇ ਆਏਗੀ। ਇਸੇ ਚੀਜ਼ ਤੇ ਮੈਨੂੰ ਇੱਕ ਸ਼ਾਇਰੀ ਯਾਦ ਆ ਗਈ ਆ, ਉਹ ਕਹਿ ਕੇ ਛੱਡ ਗਈ ਸਾਨੂੰ, ਜਾਂ ਮੇਰੀ ਜ਼ਿੰਦਗੀ 'ਚ ਚੱਲ ਜਾ, ਤੇਰੇ ਵਿੱਚ ਜ਼ਿੰਦਗੀ ਜੀਣ ਦਾ ਅੰਦਾਜ਼ ਨਹੀਂ। ਮੈਂ ਕਮਲੀਏ ਅੰਦਾਜ਼ ਤਾਂ ਇਹੋ ਜਿਹਾ ਕਿ ਦੁਨੀਆ ਜਿੱਤ ਲਈਏ, ਉਹ ਤਾਂ ਪਾਗਲ ਦੇਸੀ ਜਿਹੜਾ ਮਰ ਬੈਠਾ ਤਿਰ ਤੇ, ਵੈਸੇ ਤੇਰੀ ਸਾਡੇ ਨਾਲ ਮੁਹੱਬਤ ਕਰਨ ਦੀ ਔਕਾਤ ਨਹੀਂ। ਸਾਡਾ ਵੀਰ ਸੂਰਜ ਵੀਰ, ਇਹਨੂੰ ਵੱਧ ਤੋਂ ਵੱਧ ਸਪੋਰਟ ਕਰਨਾ ਅਤੇ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਨਾ, ਔਰ ਸਾਡੀ ਇਸੇ 2-0 ਚੈਨਲ ਨੂੰ ਇੱਕ ਦਿਨ ਆਪਾਂ ਬੈਸਟ ਚੈਨਲ ਬਣਾਉਣਾ ਹੈ ਜੀ। ਸਤਿ ਸ਼੍ਰੀ ਅਕਾਲ ਵੀਰੋ, ਧੰਨਵਾਦ, ਕਿਉਂਕਿ ਇਹ ਚੈਨਲ ਸਾਡੇ ਮੇਰੇ ਵਰਗੇ ਆਰਟਿਸਟਾਂ ਨੂੰ ਸਪੋਰਟ ਕਰਦਾ ਅਤੇ ਆਪਾਂ ਇਸ ਨੂੰ ਸਪੋਰਟ ਕਰਕੇ ਉਹ ਉੱਤੀ ਲੈਵਲ ਤੱਕ ਲੈ ਕੇ ਜਾਣਾ ਹੈ। ਸਤਿ ਸ਼੍ਰੀ ਅਕਾਲ ਵੀਰੋ। ਉਹ ਜਿਹੜਾ ਗੀਤਾਂ ਵਿੱਚ ਨਿੱਤ ਬੰਦੇ ਮਾਰਦਾ, ਜਿਹਨੂੰ ਡਰ ਨਹੀਂ ਉਹ ਭੋਲਾਈ ਸਰਕਾਰ ਦਾ। ਉਹ ਜਿਹੜਾ ਗੀਤਾਂ ਵਿੱਚ ਨਿੱਤ ਬੰਦੇ ਮਾਰਦਾ, ਜਿਹਨੂੰ ਡਰ ਨਹੀਂ ਉਹ ਭੋਲਾਈ ਸਰਕਾਰ ਦਾ, ਜਿਹਨੂੰ ਡਰ ਨਹੀਂ ਉਹ ਭੋਲਾਈ ਸਰਕਾਰ ਦਾ, ਤੇ ਨਿੱਤ ਨਵੇਂ ਪੰਗੇ ਲੈਂਦਾ। ਉਹ ਮੈਨੂੰ ਦੱਸਿਓ ਜਰਾ ਕੀ ਗਾਉਣ ਵਾਲਿਓ, ਉਹ ਜੱਟ ਕਿਹੜੇ ਪਿੰਡ ਰਹਿੰਦਾ ਏ। ਮੈਨੂੰ ਦੱਸਿਓ ਜਰਾ ਕੀ ਗਾਉਣ ਵਾਲਿਓ, ਉਹ ਜੱਟ ਕਿਹੜੇ ਪਿੰਡ ਰਹਿੰਦਾ ਏ।